watch more videos, please subscribe Wasom Entertainment and ring the bell for the notification. ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਦਾ ਕੇਸ ਆਖਿਰ ਕਿਸ ਨੇ ਨਹੀਂ ਦੇਖਿਆ ਜਾਂ ਕਿਸ ਨੇ ਨਹੀਂ ਸੁਣਿਆ? ਜਿਸ ਤਰੀਕੇ ਨਾਲ ਇਸ ਅਕਾਲੀ ਦਲ ਲੀਡਰ ਦੇ ਉੱਤੇ ਹਮਲਾ ਕੀਤਾ ਗਿਆ, ਘੜੀਸਿਆ ਗਿਆ, ਕੁੱਟਿਆ ਗਿਆ, ਮਾਰਿਆ ਗਿਆ, ਉਸ ਤੋਂ ਬਾਅਦ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਕੀ ਕਹਿਣਾ ਹੈ, ਆਓ ਸੁਣਦੇ ਹਾਂ। ਹਰਿਮੰਦਰ ਵਿੱਚ ਮੱਥਾ ਟੇਕ ਰਹੀ ਸੀ, ਪਿੱਛੋਂ ਬੇਸ ਬਾਲ ਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਗਿਆ। ਖੈਰ ਉਹਨੇ ਬਿਆਨ ਦਿੱਤੇ, ਪਰਚਾ ਦਰਜ ਹੋਇਆ, ਪਰ ਬੜਾ ਅਫਸੋਸ ਹੈ ਕਿ ਜਿੰਨਾ ਦਰਦਨਾਕ ਕਾਰਾ ਸੀ, ਪਰਚੇ ਵਿੱਚ ਇੰਨਾ ਕੁ ਛੋੜ ਦਿੱਤੀ ਗਈ ਕਿ ਉਹਨਾਂ ਨੇ ਪਹਿਲਾਂ ਹੀ ਜ਼ਮਾਨਤ ਜਿਹੜੀ ਸੀ ਕੁਝ ਵਿਅਕਤੀਆਂ ਨੇ ਕਰਾ ਲਈ। ਮੇਰਾ ਖਿਆਲ ਹੈ ਕਿ ਮੈਂ ਅੱਜ ਤੱਕ ਦੇਖ ਕੇ ਮੈਂ ਉਹਨੂੰ ਪੂਰਾ ਨਹੀਂ ਦੇਖ ਸਕੀ। ਇੰਨੀ ਮਤਲਬ ਸ਼ਰਮਨਾਕ ਕਹਿ ਲਓ, ਦਰਦਨਾਕ ਕਹਿ ਲਓ, ਇੰਨੀ ਘਿਨਾਉਣੀ ਹਰਕਤ ਜਿਹੜੀ ਹੈ, ਘਿਨਾਉਣੀ ਹਰਕਤ ਹੋਵੇ ਇਹ ਨਾ ਬਰਦਾਸ਼ਤ ਦੇ ਵੱਲ ਗੱਲ ਹੈ। ਸਾਰੇ ਸਮਾਜ ਦੇ ਲੋਕਾਂ ਦੇ ਵਿੱਚ ਅੱਜ ਬੜੀ ਇਹ ਸ਼ਰਮਸਾਰ ਘਟਨਾ ਜਾਣੀ ਜਾ ਰਹੀ ਹੈ। ਮੇਰਾ ਖਿਆਲ ਜਿੰਨੇ ਵੀ ਦੇਖੀ ਹੈ ਉਹ ਸ਼ਰਮਸਾਰ ਹੋ ਰਹੇ, ਸਮਾਜ ਦੇ ਲੋਕ ਸ਼ਰਮਸਾਰ ਹੋ ਰਹੇ। ਦਰਦਨਾਕ ਢੰਗ ਦੇ ਨਾਲ ਕੁੱਟਣਾ, ਮਾਰਨਾ, ਅੱਜ ਇਹਦੇ ਉੱਤੇ ਬਹੁਤ ਸਾਰੀਆਂ ਧਰਾਵਾਂ ਬਣਦੀਆਂ। ਜਿੱਥੇ ਇਹਨੂੰ ਪਵਿੱਤਰ ਅਸਥਾਨ ਦੀ ਗੱਲ ਕਹਿ ਲਓ, ਵਾਲ ਕੱਟਣ ਦੀ ਗੱਲ ਕਰ ਲਓ, 295 ਇਹ ਜਿਹੜਾ ਕਿ ਬਹੁਤ ਹੀ ਧਾਰਮਿਕ ਅਪਵਿੱਤਰਤਾ ਦੀ ਗੱਲ ਹੋਈ ਹੈ ਉਹ ਬਣਦੀ ਹੈ। ਫਿਰ ਉਸ ਲੜਕੀ ਨੂੰ ਨਿਰਵਸਤਰ ਕਰ ਦੇਣਾ, ਉਹਦੀ ਧਾਰਾ ਬੜੀ ਗੰਭੀਰ ਬਣਦੀ ਹੈ। ਫਿਰ ਜਿਹੜਾ ਉਹਦੇ ਇੰਨੀ ਮਾੜੇ ਢੰਗ ਦੇ ਨਾਲ ਉਹਨੂੰ ਕੁੱਟਣਾ ਮਾਰਨਾ, ਇਹ 307 ਵਰਗੀਆਂ ਧਾਰਾ ਜਿਹੜੀਆਂ ਲੱਗਦੀਆਂ। ਜੇ ਇਹ ਧਾਰਾ ਉਸੇ ਦਿਨ ਲਾਈਆਂ ਹੁੰਦੀਆਂ ਜਿਹੜੇ ਆਦਮੀ ਫੜੇ ਗਏ ਸੀ ਉਹ ਬਾਹਰ ਨਾ ਆਉਂਦੇ। ਬੀਬੀ ਜੀ, ਬਹੁਤ ਖੂਬ ਕਿਹਾ ਤੁਸੀਂ ਕਿ ਅਜਿਹਾ ਅਤਿਆਚਾਰ ਨਹੀਂ ਹੋਣਾ ਚਾਹੀਦਾ, ਪਰ ਇੱਕ ਗੱਲ ਤਾਂ ਅਸੀਂ ਵੀ ਜ਼ਰੂਰ ਕਹਿਣਾ ਚਾਹਾਂਗੇ ਕਿ ਆਪਣੇ ਪੀੜ੍ਹੀ ਹੇਠਾਂ ਵੀ ਸੋਟਾ ਮਾਰ ਲੈਣਾ ਚਾਹੀਦਾ, ਕਿਉਂਕਿ ਬੀਬੀ ਜੀ ਤੁਹਾਡੇ ਉੱਤੇ ਵੀ 3 ਵਾਰ ਲੜੀ ਮਾਰਦੇ ਕਈ ਇਲਜ਼ਾਮ ਲੱਗੇ ਹੋਏ ਨੇ ਅਤੇ ਕੋਰਟਾਂ ਦੇ ਵਿੱਚ ਅਜੇ ਤੱਕ ਕੇਸ ਦੀਆਂ ਪੇਸ਼ੀਆਂ ਤੁਸੀਂ ਵੀ ਭੁਗਤੇ ਹੋ ਅਤੇ ਜ਼ਮਾਨਤ ਦੇ ਉੱਤੇ ਹੀ ਬਾਹਰ ਹੋ, ਅਤੇ ਅਜਿਹੇ ਜ਼ੁਲਮਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਤੁਸੀਂ ਆਪ ਜ਼ਿਆਦਾ ਸਮਝਦਾਰ ਨਾ ਸਮਝ ਸਕਦੇ ਹੋ, ਕਿਉਂਕਿ ਜਿੱਦਾਂ ਸਿਆਣੇ ਕਹਿੰਦੇ ਨੇ, ਬਿਨਾਂ ਅੱਗ ਤੋਂ ਧੂੰਆਂ ਨਹੀਂ ਹੁੰਦਾ, ਬਿਨਾਂ ਚਿੰਗਾਰੀ ਤੋਂ ਅੱਗ ਨਹੀਂ ਭੜਕਦੀ, ਉੱਦਾਂ ਹੀ ਬਿਨਾਂ ਮਤਲਬ ਤੋਂ ਕੋਈ ਵੀ ਕਿਸੇ ਨੂੰ ਇੰਨੀ ਬੁਰੀ ਤਰ੍ਹਾਂ ਹਰਾਸ਼ ਨਹੀਂ ਕਰ ਸਕਦਾ, ਹੱਥ ਨਹੀਂ ਚੱਕ ਸਕਦਾ। ਅਸੀਂ ਕੜੇ ਸ਼ਬਦਾਂ ਵਿੱਚ ਜੋ ਵੀ ਹੋਇਆ ਉਸ ਘਟਨਾ ਦੀ ਨਿੰਦਾ ਕਰਦੇ ਹਾਂ, ਵਿਰੋਧ ਕਰਦੇ ਹਾਂ, ਪਰ ਨਾਲ ਇਹ ਅਪੀਲ ਵੀ ਕਰਦੇ ਹਾਂ ਕਿ ਅਜਿਹੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗਲਤ ਹਰਕਤਾਂ ਕਰਨ ਵਾਲੇ ਅਤੇ ਲੋਕਾਂ ਨੂੰ ਧੱਕੇ ਨਾਲ ਮਨਾਉਣ ਵਾਲੇ ਜਾਂ ਲੋਕਾਂ ਉੱਤੇ ਧੱਕਾਸ਼ਾਹੀ ਚਲਾਉਣ ਵਾਲਿਆਂ ਨੂੰ ਕਾਫ਼ੀ ਹੱਦ ਤੱਕ ਅਕਲ ਆਏਗੀ ਅਤੇ ਅੱਗੇ ਤੋਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਗੇ ਜਿਸ ਦੇ ਨਾਲ ਉਹਨਾਂ ਉੱਤੇ ਕੋਈ ਆ ਜਾਵੇ। ਬੀਬੀ ਜਗੀਰ ਕੌਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਆਗੂ ਬਲਜਿੰਦਰ ਕੌਰ ਨੇ ਆਖਿਰ ਕੀ ਕਿਹਾ ਜਸਵਿੰਦਰ ਕੌਰ ਸ਼ੇਰਗਿੱਲ ਦੇ ਕੇਸ ਬਾਰੇ, ਆਓ ਸੁਣਦੇ ਹਾਂ। ਮੈਂ ਵੀਡੀਓ ਦੇਖ ਰਹੀ ਸੀ, ਬਹੁਤ ਬੁਰੇ ਤਰੀਕੇ ਦੇ ਨਾਲ ਉਸ ਔਰਤ ਨੂੰ ਜਲੀਲ ਕੀਤਾ ਗਿਆ। ਨੋ ਡਾਊਟ ਕਿ ਅਸੀਂ ਜਿਹੜੀਆਂ ਅਕਾਲੀ ਦਲ ਦੀਆਂ ਗਲਤੀਆਂ ਨੇ ਉਹਨੂੰ ਅੱਖੋਂ ਪਰੋਖੀ ਨਹੀਂ ਕਰ ਸਕਦੇ। ਪਬਲਿਕ ਦਾ ਗੁੱਸਾ, ਲੋਕਾਂ ਦਾ ਗੁੱਸਾ ਆ, ਪਰ ਉਹਦੇ ਬਾਵਜੂਦ ਇੱਕ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ, ਗੁਰੂਆਂ ਪੀਰਾਂ ਦੇ ਨਾਂ 'ਤੇ ਵਸਦੀ ਆ, ਅਤੇ ਇੱਥੇ ਮੋਰੈਲਿਟੀ ਤੈਅ ਹੁੰਦੀ ਆ। ਔਰ ਫਿਰ ਜਦੋਂ ਇਹੋ ਜਿਹੀਆਂ ਘਟਨਾਕ੍ਰਮ ਹੁੰਦੀਆਂ ਨੇ ਅਤੇ ਜਦੋਂ ਪਬਲਿਕ, ਆਮ ਪਬਲਿਕ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਲੈਂਦੀ ਆ, ਲਾਅ ਐਂਡ ਆਰਡਰ ਦੀ ਗੱਲ ਆਉਂਦੀ ਆ, ਤਾਂ ਫਿਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਸਰਕਾਰ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਪੰਜਾਬ ਦੇ ਲੋਕਾਂ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਕਿਤੇ ਵੀ ਜ਼ੀਰੋ ਟੋਲਰੈਂਸ ਆ ਜੀ, ਲਾਅ ਐਂਡ ਆਰਡਰ ਤਾਂ ਫਸਟ ਸਟੈਪ ਆ ਜਦੋਂ ਸਰਕਾਰ ਬਣ ਗਈ, ਤਾਂ ਪਹਿਲਾ ਕਦਮ ਕੀ ਆ ਕਿ ਲਾਅ ਐਂਡ ਆਰਡਰ ਦੀ ਗੱਲ ਕਰਨੀ ਹੈ। ਉਹਦੇ 'ਚ ਤਾਂ ਕੋਈ ਪਲੈਨਿੰਗ ਅਤੇ ਕੋਈ ਸਟ੍ਰੈਟਜੀ ਦੀ ਲੋੜ ਨਹੀਂ ਹੁੰਦੀ, ਉਹ ਤਾਂ ਫਸਟ ਐਕਸ਼ਨ ਆ ਜਿਹੜਾ ਹੋ ਜਾਣਾ ਚਾਹੀਦਾ ਸੀ। ਔਰ ਬਹੁਤ ਅਫਸੋਸ ਹੈ ਕਿ ਜਦੋਂ ਆਮ ਜਿਹੜੀਆਂ ਘਰਾਂ ਦੀਆਂ ਕੁੜੀਆਂ ਨੇ ਉਹ ਕਿੱਥੇ ਸੁਰੱਖਿਅਤ ਮਹਿਸੂਸ ਕਰਨਗੀਆਂ, ਅਗਰ ਇੱਕ ਜਿਹੜੇ ਅਕਾਲੀ ਦਲ ਨੂੰ ਬਿਲੋਂਗ ਕਰਦੀ ਹੋਈ ਔਰਤ 'ਤੇ ਇੱਦਾਂ ਦਾ ਅੱਤਿਆਚਾਰ ਹੋਇਆ, ਬਹੁਤ ਸ਼ਰਮਨਾਕ ਘਟਨਾ ਸਾਡੇ ਪੰਜਾਬ ਵਰਗੇ ਸੂਬੇ ਵਾਸਤੇ। ਤਾਂ ਮੈਂ ਇਹ ਕਹੂੰਗੀ ਕਿ ਇੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਮੈਂ ਵੀ ਚਾਹੂੰਗੀ ਕਿ ਵਿਮੈਨ ਕਮਿਸ਼ਨ ਇਸ ਬਣੀ ਖਾਸ ਧਿਆਨ ਦੇਵੇ, ਔਰ ਆਪਣੀ ਪਾਰਟੀ ਤਰਫੋਂ ਵੀ ਮੈਂ ਮੰਗ ਕਰਦੀ ਹਾਂ ਕਿ ਸਰਕਾਰ ਵੀ ਇਸ ਬਣੀ ਖਾਸ ਧਿਆਨ ਦੇਵੇ, ਔਰ ਜਿਹੜੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਇਨਵੋਲਵ ਨੇ ਉਹਨਾਂ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ। ਮੰਦਰ ਵਿੱਚ ਸ਼ਾਮ ਦੇ ਟਾਈਮ ਮੱਥਾ ਟੇਕਣ ਜਾਂਦੇ ਸੀ, ਔਰ ਜਦੋਂ ਮੈਂ ਮੱਥਾ ਟੇਕ ਕੇ ਉੱਠਣ ਲੱਗੀ ਤਾਂ ਮੇਰੇ 'ਤੇ ਇੱਕ ਸੋਮ ਦਾ ਸੋਨਾ, ਰਾਜਵਿੰਦਰ ਕੌਰ ਰਾਣੀ, ਕਮਲਦੀਪ ਸ਼ਰਮਾ ਅਤੇ ਵਿਜੇ ਕੁਮਾਰ ਬੰਟੀ ਦੀਕਸ਼ਿਤ ਅਤੇ 3 ਅਣਪਛਾਤੇ ਬੰਦਿਆਂ ਨੇ ਆ ਕੇ ਪਿੱਛੋਂ ਆ ਕੇ ਮੇਰੇ 'ਤੇ ਬੈਸਬਾਲ ਮਾਰ ਕੇ ਮੈਨੂੰ ਬੇਹੋਸ਼ ਕਰਕੇ ਸੁੱਟਤਾ। ਬਾਅਦ ਵਿੱਚ ਮੇਰੇ ਵਾਲ ਕੱਟ ਦਿੱਤੇ ਗਏ ਅਤੇ ਮੈਨੂੰ ਇੱਥੋਂ ਤੱਕ
ਮੈਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੋ ਰਾਜਵਿੰਦਰ ਰਾਣੀ ਸੀ ਉਸਨੇ ਮੇਰੀ ਮਤਲਬ ਜੋ ਪਲੇਜੋ ਪਾਇਆ ਹੋਇਆ ਸੀ ਉਹਨੂੰ ਉਤਾਰਨ ਲਈ ਵੀ ਕੋਈ ਉਤਾਰਿਆ ਤੇ ਜੋ ਕਿ ਮੈਂ ਆਪਣੀ ਹੋਸ਼ ਦੇ ਥੋੜੀ ਜਿਹੀ ਹੋਸ਼ ਸੀ ਤੇ ਮੈਂ ਆਪਦੇ ਜੋਨ ਨਾਲ ਥੋੜਾ ਜਿਹਾ ਖਿੱਚ ਕੇ ਤਾਹ ਲਿਆ ਲਿਆ ਫਿਰ ਉਹਨਾਂ ਨੇ ਆਪਣੇ ਤੇ ਫਿਰ ਮੇਰੇ ਤੇ ਲਗਾਤਾਰ ਮੇਰੇ ਬਾਹਾਂ ਤੇ ਜਦੋਂ ਮੇਰੇ ਬਾਹ ਤੇ ਪੈਸ ਮੁੜ ਮਾਰਿਆ ਮੇਰੀ ਬਾਂਹ ਟੁੱਟ ਗਈ ਪਰ ਜਦੋਂ ਮੇਰੀ ਬਾਂਹ ਡਿੱਗ ਗਈ ਤਦ ਮੇਰੇ ਤੋਂ ਕੁਛ ਵੀ ਚੁੱਕਿਆ ਨਹੀਂ ਗਿਆ ਨਾ ਬੋਲਿਆ ਗਿਆ ਫਿਰ ਉਹਨਾਂ ਨੇ ਮੇਰੇ ਇੱਧਰ ਕੰਨ ਤੇ ਮਾਰਿਆ ਬੈਸ ਬਾਲ ਫਿਰ ਟੂਈ ਤੇ ਮਾਰਿਆ ਮੈਂ ਨੀਚੇ ਫਰਸ਼ ਤੇ ਡਿੱਗ ਗਈ ਔਰ ਜਦੋਂ ਮੈਨੂੰ ਹੱਥ ਤੋਂ ਫੜ ਕੇ ਘੜੀਸ ਰਹੇ ਸੀ ਜਸਵਿੰਦਰ ਕੌਰ ਜੀ ਦਾ ਦਰਦ ਆਪਣੇ ਹੱਥ ਜਾਇਜ਼ ਹੈ ਕਿਉਂਕਿ ਦਰਦ ਤਾਂ ਉਦੋਂ ਹੁੰਦਾ ਹੀ ਹੈ ਜਦੋਂ ਹੱਥਾਂ ਨਾਲ ਲਾਈਆਂ ਦੰਦਾਂ ਨਾਲ ਖੁੱਲ ਨਹੀਂ ਪਰ ਪਰਮਾਤਮਾ ਸਦਬੁੱਧੀ ਬਖਸ਼ੇ ਤੰਦਰੁਸਤੀ ਬਖਸ਼ੇ ਅਤੇ ਮਾੜੇ ਕਰਮਾਂ ਤੋਂ ਇਸ ਸੰਸਾਰ ਨੂੰ ਬਚਾਵੇ ਅਤੇ ਮੇਰੇ ਸਿੱਖ ਕੌਮ ਨੂੰ ਮੇਰੇ ਪੰਜਾਬ ਨੂੰ ਸ਼ਾਦੀ ਕਲਾ ਦਾ ਲੈ ਕੇ ਜਾਵੇ If you like the news, please like and share the news, subscribe the channel. To watch more videos, please subscribe Wasm Entertainment and ring the bell for the notifications.